ਦਾਂਗੇ ਇੱਕ ਨਮੀ ਭਰਤੀ ਦੀ ਜਿਹੜੀ ਕਿ ਬਿਲਕੁਲ ਰੈਗੂਲਰ ਵੇਸ ਭਰਤੀ ਹੈਗੀ ਆ ਸਰਕਾਰੀ ਨੌਕਰੀ ਆਪਾਂ ਇਸ ਨੂੰ ਕਹਿ ਸਕਦੇ ਹਾਂ 100% ਸੋ ਇਸ ਨੌਕਰੀ ਦੇ ਲਈ ਕੌਣ ਅਪਲਾਈ ਕਰ ਸਕਦਾ ਕਿਵੇਂ ਅਪਲਾਈ ਕਰਨਾ ਹੈ ਕਿੰਨੀਆਂ ਪੋਸਟਾਂ ਹੈ ਕਦੋਂ ਅਪਲਾਈ ਕਰੋਗੇ ਕਿਸ ਤਰ੍ਹਾਂ ਸਿਲੈਕਸ਼ਨ ਕਰਾਈਟਰੀਆ ਸਾਰਾ ਕੁਝ ਏਜ਼ ਤਨਖਾਹ ਸਾਰੀ ਤੁਹਾਡੇ ਨਾਲ ਜਿਹੜੀ ਡਿਸਕਸ ਕਰਨ ਲੱਗੇ ਆ ਸੋ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਬੇ ਪੁਰਾਣੇ ਹੈਗੇ ਲਾਈਕ ਸ਼ੇਅਰ ਕਮੈਂਟ ਕਰ ਲਓ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਜਿਹੜੀਆਂ ਪੋਸਟਾਂ ਤੁਹਾਡੇ ਸਾਹਮਣੇ ਹੈਗੀਆਂ ਇਹ ਪੋਸਟਾਂ 300 ਪੋਸਟਾਂ ਜਿਹੜੀਆਂ ਗਿਣਤੀ ਚ ਆਈਆਂ ਹੋਈਆਂ 300 ਪੋਸਟਾਂ ਮਤਲਬ ਤੁਸੀਂ ਸਮਝਿਓ ਕਾਫੀ ਵਧੀਆ ਗਿਣਤੀ ਹੁੰਦੀ ਹੈ 300 ਦੇ ਹਿਸਾਬ ਨਾਲ ਸੋ ਇਹ ਪੋਸਟਾਂ ਜਿਹੜੀਆਂ ਪੀਐਨ ਦੀਆਂ ਪੋਸਟਾਂ ਨੇ ਵੀ ਪੋਸਟ ਤੁਸੀਂ ਦੇਖਦੇ ਹੋ 300 ਪੋਸਟਾਂ ਟੋਟਲ ਕੈਟਾਗਰੀ ਵਾइज ਤੁਹਾਨੂੰ ਵੰਡ ਕੀਤੀ ਗਈ ਹੈ ਤਾਂ ਇਹਨਾਂ ਪੋਸਟਾਂ ਲਈ ਐਜੂਕੇਸ਼ਨ ਕੁਆਲੀਫਿਕੇਸ਼ਨ ਬਹੁਤ ਘੱਟ ਆ ਵੀ ਸਿਰਫ ਪਲੱਸ 2 ਪਾਸ ਜੇ ਤੁਸੀਂ ਹੈਗੇ ਹੋ ਤਾਂ ਇਸ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਏਜ ਇਹਦੇ ਵਿੱਚ ਰੱਖੀ ਗਈ ਹੈ ਵੀ 18 ਤੋਂ ਲੈ ਕੇ 35 ਸਾਲ ਤੱਕ ਤੁਸੀਂ ਜੇਕਰ ਏਜ ਤੁਹਾਡੀ ਹੈਗੀ ਆ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਰਿਜ਼ਰਵੇਸ਼ਨ ਦੇ ਅਕੋਰਡਿੰਗ ਤੁਹਾਨੂੰ ਮੰਨ ਲਓ ਵੀ ਡਿਸਕਾਊਂਟ ਕਹਿੰਦਾ ਮੰਨ ਲਓ ਰਿਲੇਕਸ਼ਨ ਵੀ ਮਿਲ ਜਾਣੀ ਹੈ ਠੀਕ ਹੈ ਤੇ ਕੁਆਲਿਫੀਕੇਸ਼ਨ ਆ ਦੇਖੋ ਪਲੱਸ 2 ਹੈਗੀ ਹੈ ਤੇ ਇਹ ਫੀਸ ਰੱਖੀ ਗਈ ਹੈ ਵੀ ਜਿਹੜਾ ਨੇ ਅਪਲਾਈ ਕਰਨਾ ਆਨਲਾਈਨ ਹੀ ਅਪਲਾਈ ਹੋਊਗਾ ਐਪਲੀਕੇਸ਼ਨ ਸਾਰਾ ਠੀਕ ਹੈ ਇਹ ਹਾਈ ਕੋਰਟ ਜਿਹੜਾ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਕਹਿ ਸਕਦੇ ਆਂ ਆਪਾਂ ਸੋ ਉਹਦੀ ਵੈਬਸਾਈਟ ਤੇ ਜਾ ਕੇ ਅਪਲਾਈ ਹੋ ਜਾਊਗਾ ਇਹ ਫੁੱਲ ਨੋਟੀਫਿਕੇਸ਼ਨ ਤੁਸੀਂ ਖੁਦ ਪੜ ਸਕਦੇ ਹੋ ਆਪਣੇ ਟੈਲੀਗ੍ਰਾਮ ਉੱਤੇ ਪਾ ਦਿੱ ਸੋਈ ਪੋਸਟਾਂ ਲਈ ਤੁਸੀਂ ਅਪਲਾਈ ਕਰਸਣੋ ਦੇਖੋ ਵੀ ਰੈਗੂਲਰ ਅਸਾਮੀਆਂ ਹੈਗੀਆਂ ਬਿਲਕੁਲ ਸਿਲੈਕਸ਼ਨ ਕਿਵੇਂ ਹੋਊਗੀ ਇਹਦੇ ਵਿੱਚ ਸੋ ਇਹਨਾਂ ਪੋਸਟਾਂ ਦੇ ਵਿੱਚ ਸਿਲੈਕਸ਼ਨ ਵਾਸਤੇ ਤੁਹਾਨੂੰ ਇੱਕ ਪੇਪਰ ਲੈ ਜਾਊਗਾ 50 ਪ੍ਰਸ਼ਨ ਪੁੱਛੇ ਜਾਣਗੇ ਵੀ ਜੀਚ ਜਰਨਲ ਅਵੇਅਰਨੈਸ ਜਰਨਲ ਨੋਲਜ ਕਰੰਟ ਅਫੇਅਰ ਐਂਡ ਨੰਮੈਰੀਕਲ ਇਹ ਚੀਜ਼ਾਂ ਪੁੱਛੀਆਂ ਜਾਣਗੀਆਂ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਇਹਦੇ ਵਿੱਚ ਇੱਕ ਪ੍ਰਸ਼ਨ ਦੋ ਅੰਕਾਂ ਦਾ ਹੋਊਗਾ ਵੀ ਇੱਕ ਪ੍ਰਸ਼ਨ ਦੋ ਅੰਕਾਂ ਦਾ ਕੋਈ 100 ਮਾਰਕਸ ਦਾ ਜਿਹੜਾ ਟੋਟਲ ਪੇਪਰ ਹੋਊਗਾ ਇਹਦੇ ਵਿੱਚ ਘੱਟ ਤੋਂ ਘੱਟ ਜਿਹੜੇ ਮਾਰਕਸ ਲੈਣੇ ਆ 50% ਜਰਨਲ ਨੇ ਤੇ ਬਾਕੀ ਕੈਟਾਗਰੀਆਂ 45% ਘੱਟ ਤੋਂ ਘੱਟ ਮਾਰਕਸ ਇਹਦੇ ਵਿੱਚ ਲੈਣੇ ਆ ਸੋ ਇਹਦੇ ਵਿੱਚ ਜੋ ਮੰਨ ਲਓ 300 ਪੋਸਟਾਂ ਨੇ ਜਦੋਂ ਤੁਸੀਂ ਪੇਪਰ ਪਾਸ ਕਰੋਗੇ ਪੇਪਰ ਤੋਂ ਬਾਅਦ ਤੁਹਾਡਾ ਇੱਕ ਫਿਜ਼ੀਕਲ ਵੀਚ ਰੱਖਿਆ ਗਿਆ ਫਿਜ਼ੀਕਲ ਵਾਸਤੇ 300 ਦੇ 10 ਗੁਣਾ ਕਰ ਦੋ ਵੀ 10 ਟਾਈਮ ਲੈਣਾ ਲਿਖਿਆ ਤਾਂ ਭਾਵ ਤੁਹਾਨੂੰ 3000 ਬੰਦੇ ਨੂੰ ਬੁਲਾਇਆ ਜਾਊਗਾ ਠੀਕ ਹੈ 3000 ਤੋਂ ਬਾਅਦ ਫਿਰ ਜਿਹੜੇ ਇਹ ਟ੍ਰਾਇਲ ਕੱਢਣਗੇ ਵੀ ਇਹ ਟ੍ਰਾਇਲਾਂ ਚੋਂ ਜਿਹੜੇ ਪਾਸ ਹੋਣਗੇ ਦੇਖੋ ਇਹਦੇ ਵਿੱਚ ਟ੍ਰਾਇਲ ਕੀ ਦਿੱਤੇ ਗਏ ਆ ਵੀ ਅਲੱਗ-ਅਲੱਗ ਫੀਮੇਲ ਵਾਸਤੇ ਤੇ ਮੇਲ ਵਾਸਤੇ ਉਮਰ ਦੇ ਹਿਸਾਬ ਨਾਲ ਟ੍ਰਾਇਲ ਦਿੱਤੇ ਗਿਆ ਟ੍ਰਾਇਲਰਾਂ ਦੇ ਵਿੱਚ ਕਰਨਾ ਕੀ ਹੈ ਇੱਕ ਤਾਂ ਦੌੜ ਹੈ ਵੀ ਰੇਸ ਜਿਹਨੂੰ ਆਪਾਂ ਕਹਦੇ ਆ ਇੱਕ ਲੌਂਗ ਜੰਪ ਹੈ ਇੱਕ ਹਾਈ ਜੰਪ ਹੈ ਪਰ ਇਹ ਵੀ ਉਮਰ ਦੇ ਹਿਸਾਬ ਨਾਲ ਸਾਰਾ ਇੱਥੇ ਲਿਖਿਆ ਹੋਇਆ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪੜ੍ਹ ਸਕਦੇ ਹੋ ਜਿਵੇਂ ਆਪਾਂ ਥੋੜਾ ਜਿਹਾ ਐਗਜ਼ਾਮਪਲ ਹੀ ਇੱਕ ਇੱਥੋਂ ਰੀਡ ਕਰ ਲੈਨੇ ਆ ਐਗਜ਼ਾਮਪਲ ਹੀ ਆਪਾਂ ਇੱਕ ਇਹਨਾਂ ਚੋਂ ਰੀਡ ਕਰ ਲੈਨੇ ਆ 1 ਸੈਕਿੰਡ ਵੇਟ ਆ ਤੁਸੀਂ ਦੇਖ ਸਕਦੇ ਹੋ ਵੀ ਮੇਲ ਕੈਂਡੀਡੇਟ ਵਾਸਤੇ ਜਿਹੜੀ ਰੇਸ ਹੈ ਜਿਨ੍ਹਾਂ ਦੀ ਏਜ ਵੀ 18 ਤੋਂ 30 ਸਾਲ ਹੈ 800 ਮੀਟਰ ਇਹ ਉਹਨਾਂ ਨੇ 270 ਸੈਕਿੰਡ ਚ ਲਾਉਣੀ ਹੈ ਤੇ ਫੀਮੇਲ ਕੈਂਡੀਡੇਟ ਜਿਨ੍ਹਾਂ ਦੀ ਉਮਰ 18 ਤੋਂ 33 ਸਾਲ ਹੈ ਉਹਨਾਂ ਨੇ 290 ਸੈਕਿੰਡ ਚ 800 ਮੀਟਰ ਲਾਉਣੀ ਹੈ ਰੇਸ ਪਰ ਉਸ ਤੋਂ ਬਾਅਦ ਜਿਨ੍ਹਾਂ ਦੀ ਉਮਰ 30 ਤੋਂ 35 ਵਿਚਕਾਰ ਹੈ 5 ਸਾਲ ਉੱਪਰ ਹੈ ਉਹਨਾਂ ਨੂੰ ਜਿਹੜੇ ਸੈਕਿੰਡ ਵਧ ਦਿੱਤੇ ਜਾਣਗੇ ਸੋ ਇਸ ਲਈ ਸਾਰੇ ਤਰੀਕਿਆਂ 'ਚ ਇਹੀ ਹੈ ਵੀ ਲੌਂਗ ਜੰਪ 'ਚ ਵੀ ਹਾਈ ਜੰਪ 'ਚ ਵੀ ਠੀਕ ਹੈ ਸੋ ਏਜ ਦੇ ਅਕੋਰਡਿੰਗ ਹੀ ਤੁਹਾਡੇ ਜਿਹੜੇ ਟ੍ਰਾਇਲ ਹੋਣਗੇ ਸੋ ਇਹ ਟ੍ਰਾਇਲ ਤੋਂ ਬਾਅਦ ਹੀ ਜਿਹੜਾ ਤੁਹਾਡੀ ਫਾਈਨਲ ਸਿਲੈਕਸ਼ਨ ਹੋ ਜਾਏਗੀ ਸੋ ਇਹ ਵਾਲੀ ਵੈਬਸਾਈਟ ਰਹੂਗੀ www.highcourtchंडीगढ़.gov.in ਤੇ ਤੁਸੀਂ ਆ ਕੇ ਅਪਲਾਈ ਕਰ ਸਕਦੇ ਹੋ ਵੀ ਸੋ ਇਹ ਜਾਣਕਾਰੀ ਸੀ ਬਈ ਤੁਹਾਡੇ ਵਾਸਤੇ ਠੀਕ ਹੈ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਪੁਰਾਣੇ ਗੇ ਲਾਈਕ ਸ਼ੇਅਰ ਕਰੋ ਸੋ ਇਸ ਤਰ੍ਹਾਂ ਜਿਹੜੀ ਤੁਹਾਨੂੰ ਪੰਜਾਬ ਚਾਉਣ ਵਾਲੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਇੰਡੀਆ ਲੈਵਲ ਦੀਆਂ ਸਰਕਾਰੀ ਭਰਤੀਆਂ ਜਾਂ ਲਿਮਟਿਡ ਤਾਂ ਉਹਨਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਜਾਣਕਾਰੀ ਵਧੀਆ ਲੱਗੀ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਠੀਕ ਹੈ ਮਿਲਾਂਗੇ ਨਵੀਂ ਕਿਸੇ ਹੋਰ ਭਰਤੀ ਦੇ ਨਾਲ ਸੋ ਤਦ ਤੱਕ ਲਈ ਸ਼ਾਸਿਕਾਲ ਧੰਨਵਾਦ